ਇੱਥੇ ਆਪਣੇ ਬੱਚਿਆਂ ਨੂੰ ਘਰ ਖੁਦ ਬੈਠ ਕੇ ਪੜ੍ਹਾ ਰਹੇ ਹਾਂ, ਸਾਨੂੰ ਕੋਈ ਪਿੱਛੇ ਸਾਡਾ ਜਿਹੜੇ ਸਾਡੇ ਚਾਰਜਿਸ ਹੈਗੇ ਆ ਉਹ ਕੌਣ ਦੇਗਾ, ਜਿਹੜੇ ਸਾਡੇ ਵਾਈਫਾਈ ਦੇ ਚਾਰਜਿਸ ਜਾ ਰਹੇ ਨੇ, ਜਿਹੜੇ ਸਾਡੀ ਇਲੈਕਟ੍ਰਿਸਿਟੀ ਦੇ ਚਾਰਜਿਸ ਜਾ ਰਹੇ ਨੇ। ਆਨਲਾਈਨ ਨਾਲ ਜੀ ਮੋਬਾਈਲ ਦੇ ਖਰਚੇ ਵਧੇ ਕਿ ਡਾਟਾ ਦੇ ਖਰਚੇ ਵਧੇ ਕਿ ਬੱਚਿਆਂ ਦੀ ਆਈਸਾਈਟ ਵੀਕ ਹੋ ਰਹੀ ਹੈ ਜੀ, ਅਫੈਕਟਡ ਤਾਂ ਅਸੀਂ ਹੋ ਰਹੇ ਹਾਂ। ਜਿਨ੍ਹਾਂ ਦੇ ਘਰ ਤਿੰਨ ਤਿੰਨ ਨਿਆਣੇ ਹੈ ਉਹ ਕਿੱਦਾਂ ਕਲਾਸਿਸ ਲਗਾਉਂਗੇ, ਉਹਨਾਂ ਦੇ ਸਬਜੈਕਟ ਹੀ ਬਹੁਤ ਜ਼ਿਆਦਾ ਹੁੰਦੇ ਹੈ, ਕਿਸ ਤਰ੍ਹਾਂ ਉਹ 6-6 ਘੰਟੇ ਉਹ ਆਨਲਾਈਨ ਹੀ ਪੜ੍ਹੀ ਜਾਉਂਗੇ। ਆਨਲਾਈਨ ਕਲਾਸਿਸ ਨੂੰ ਲੈ ਕੇ ਇਹ ਦਿੱਕਤ ਆ ਰਹੀ ਹੈ ਕਿ ਸਰ ਇੰਨਾ ਛੋਟਾ ਬੱਚਾ ਨਹੀਂ ਸਮਝ ਪਾਉਂਦਾ ਹੈਗਾ, ਆਨਲਾਈਨ ਅੱਖਾਂ ਖਰਾਬ ਹੋ ਰਹੀਆਂ, ਮੋਬਾਈਲ 'ਤੇ ਬੱਚਾ ਲੱਗਾ ਰਹਿੰਦਾ ਸਾਰਾ ਦਿਨ। ਜਦ ਪੰਜਾਬ ਦੇ ਵਿੱਚ ਕਰਫਿਊ ਸੀ, ਲੋਕਡਾਊਨ ਸੀ, ਉਸ ਦੌਰਾਨ ਵੀ ਇਹ ਮੁੱਦਾ ਅਹਿਮ ਸੀ ਕਿ ਸਕੂਲਾਂ ਦੀਆਂ ਫੀਸਾਂ ਮਾਪਿਆਂ ਦੇ ਵੱਲੋਂ ਦਿੱਤੀਆਂ ਜਾਣ ਜਾਂ ਫਿਰ ਨਹੀਂ। ਜਿਕਰ ਖਾਸ ਹੈ ਕਿ ਲੋਕਡਾਊਨ ਦੇ ਵਿੱਚ ਮਿਲੀ ਰਾਹਤ ਤੋਂ ਬਾਅਦ ਇਹ ਮਾਮਲਾ ਹਾਈਕੋਰਟ ਪਹੁੰਚਿਆ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਨਿੱਜੀ ਸਕੂਲਾਂ ਦੇ ਵੱਲੋਂ ਮਾਪਿਆਂ ਨੂੰ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਉਹ ਫੀਸਾਂ ਦੇਣ। ਮੋਟੀਆਂ ਫੀਸਾਂ ਸਕੂਲਾਂ ਦੇ ਵੱਲੋਂ ਵਸੂਲੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਜਿਸ ਦੇ ਚਲਦੇ ਮਾਪੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਰੂਪਨਗਰ ਪ੍ਰਸ਼ਾਸਨ ਦੇ ਅਧੀਨ ਚਲਦੇ ਸ਼ਿਵਾਲਿਕ ਪਬਲਿਕ ਸਕੂਲ ਵੱਲੋਂ ਫੀਸ ਭਰਾਉਣ ਲਈ ਭੇਜੇ ਮੈਸੇਜ ਦੇ ਬਾਅਦ ਰੂਪਨਗਰ ਰਣਜੀਤ ਸਿੰਘ ਬਾਗ ਵਿਖੇ ਸੈਂਕੜੇ ਮਾਪੇ ਇਕੱਠੇ ਹੋਏ, ਜਿਨ੍ਹਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਦਾ ਗੁੱਸਾ 7ਵੇਂ ਆਸਮਾਨ ਤੇ ਪਹੁੰਚ ਚੁੱਕਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਸਕੂਲਾਂ ਨੂੰ ਫੀਸ ਨਹੀਂ ਦੇਣਗੇ। ਮੈਮ ਕੀ ਨਾਮ ਆਪਣਾ ਤੇ ਅੱਜ ਕਿਹੜੇ ਇਸ਼ੂ ਨੂੰ ਲੈ ਕੇ ਅੱਜ ਇਕੱਠੇ ਹੋਏ ਹੋ, ਕੀ ਦਿੱਕਤ ਆ ਰਹੀ ਹੈ? ਮੇਰਾ ਨਾਮ ਰਿਧਮਾ ਹੈ, ਮੈਂ ਰੋਪੜ ਦੀ ਰਹਿਣ ਵਾਲੀ ਹਾਂ। ਮੇਰਾ ਬੱਚਾ ਸ਼ਿਵਾਲਿਕ ਸਕੂਲ 'ਚ ਪੜ੍ਹਦਾ। ਐਕਚੁਲੀ ਅੱਜ ਜਿਹੜਾ ਅਸੀਂ ਸਾਰੇ ਇਕੱਠੇ ਹੋਏ ਹਾਂ ਉਹਦਾ ਮੁੱਦਾ ਇੱਕੋ ਹੀ ਸੀ ਕਿ ਸਕੂਲ ਵਾਲੇ ਬਾਰ ਬਾਰ ਫੋਨ ਕਰਕੇ ਟਿਊਸ਼ਨ ਫੀਸ ਜਾਂ ਸਕੂਲ ਦੀ ਫੀਸ ਜਿਹੜੀ ਹੈ 3 ਮਹੀਨੇ ਦੇ ਪੈਂਡਿੰਗ ਨੇ, ਉਹਦੇ ਲਈ ਸਾਨੂੰ ਕਾਲ ਕਰ ਰਿਹਾ ਕਿ ਤੁਸੀਂ ਫੀਸ ਪੇ ਕਰੋ, ਫੀਸ ਪੇ ਕਰੋ। ਜਦਕਿ ਆਨਲਾਈਨ ਕਲਾਸਿਸ ਚੱਲ ਰਹੀਆਂ ਨੇ, ਇੱਕ ਪਾਸੋਂ ਬੋਲਿਆ ਜਾ ਰਿਹਾ ਕਿ ਆਨਲਾਈਨ ਬੱਚਿਆਂ ਨੂੰ ਅਸੀਂ ਸਮਾਰਟਫੋਨ ਨਹੀਂ ਦੇਣੇ ਹੈ, ਬੱਚੇ ਆਨਲਾਈਨ ਨਹੀਂ ਸਮਝ ਸਕਦੇ। 6 ਸਾਲ ਦਾ ਬੱਚਾ 5.5 ਸਾਲ ਦਾ ਬੱਚਾ ਕੀ ਸਿੱਖੇਗਾ, 10 ਸਾਲ ਦੇ ਬੱਚੇ ਫੋਨ 'ਤੇ ਨਹੀਂ ਸਿੱਖ ਪਾਉਂਦੇ ਸਿਵਾਏ ਕਿ ਉਹ ਗੇਮਾਂ ਖੇਡਣ। ਉਸ ਤੋਂ ਕੀ ਆ, ਬੱਚੇ ਦੇ ਸਾਰਿਆਂ ਮੈਂਟਲੀ ਔਰ ਫਿਜ਼ੀਕਲੀ ਉਹਨਾਂ ਦੇ ਹੈਲਥ 'ਤੇ ਇਸ਼ੂ ਪੈ ਰਿਹਾ। ਉਸ ਤੋਂ ਬਾਅਦ ਪੜ੍ਹਾਈਆਂ ਕੁਛ ਹੋ ਨਹੀਂ ਰਹੀਆਂ ਨੇ ਫੋਨਾਂ 'ਤੇ, ਠੀਕ ਹੈ। ਔਰ ਉਸ ਤੋਂ ਬਾਅਦ ਇੱਕ ਉਹਨਾਂ ਨੇ ਆਨਲਾਈਨ ਇੱਕ ਸਿਸਟਮ ਵੀ ਚਾਲੂ ਕੀਤਾ ਕਿ ਜਿਸ 'ਚ ਉਹ ਪੇਪਰ ਵੀ ਲੈ ਰਹੇ ਨੇ, ਜਿਸ 'ਚ ਸਿਰਫ ਬੱਚੇ ਨੂੰ ਟਿੱਕ ਕਰਨਾ ਹੁੰਦਾ, ਉਹਦੇ ਨਾਲ ਪੇਪਰ ਦਾ ਕੋਈ ਫਾਇਦਾ ਨਹੀਂ ਹੈਗਾ, ਪੜ੍ਹਾਈ ਦਾ ਕੁਛ ਹੋ ਨਹੀਂ ਰਿਹਾ। ਉਸ ਤੋਂ ਬਾਅਦ ਇਹਨਾਂ ਨੇ ਇੰਸ਼ੋਰੈਂਸ ਚਾਰਜਿਸ ਪਹਿਲਾਂ ਨਹੀਂ ਮੰਗੇ, ਹੁਣ 30 ਮਹੀਨੇ 'ਚ ਇਹਨਾਂ ਨੇ ਇੰਸ਼ੋਰੈਂਸ ਚਾਰਜਿਸ, ਮੇਨਟੇਨੈਂਸ ਚਾਰਜਿਸ, ਡਿਵਲਪਮੈਂਟ ਚਾਰਜਿਸ, ਬੱਸ ਡਰਾਈਵਰ ਫੀਸ, ਡਰਾਈਵਿੰਗ ਫੀਸ ਸਾਰੀਆਂ ਪਾਤੀਆਂ ਨੇ। ਜਦਕਿ ਪਿਛਲੇ 10 ਸਾਲਾਂ 'ਚੋਂ ਕੋਈ ਵੀ ਇਹਨਾਂ ਦੀ ਮੇਨਟੇਨੈਂਸ ਨਹੀਂ ਹੋਈ ਹੈ, ਸਿਵਾਏ ਇੱਕ ਪੇਂਟਿੰਗ ਕਰਵਾਉਂਦੇ ਆ ਸਕੂਲ ਦੇ ਵਿੱਚ, ਬਿਲਡਿੰਗ ਇਹਨਾਂ ਦੀ ਇੱਕ ਪੋਰਸ਼ਨ ਦੀ ਬਣੀ ਹੈ ਇੱਕ 10 ਸਾਲ ਦੇ ਵਿੱਚ, ਜਿਹਦਾ ਕਿ ਲਾਗਤ ਜਿਹੜੀ ਹੋਏਗੀ 5-6 ਲੱਖ ਹੋਏਗੀ। ਬਾਕੀ ਜਿਹੜੇ ਇੰਨੇ ਕਰੋੜਾਂ ਰੁਪਏ ਇਹਨਾਂ ਕੋਲ ਕਿੱਥੇ ਹੈਗੇ ਆ? ਸਾਨੂੰ ਬੋਲਿਆ ਜਾਂਦੇ ਆ ਟੀਚਰਸ ਬੋਲਦੇ ਸਾਡੀ ਫੀਸ ਨਹੀਂ ਦੇ ਰਹੇ ਸਕੂਲ ਵਾਲੇ, ਤਾਂ ਉਹਦੇ ਲਈ ਅਸੀਂ ਜ਼ਿੰਮੇਵਾਰ ਨਹੀਂ ਹਾਂ, ਪੇਰੈਂਟਸ ਜ਼ਿੰਮੇਵਾਰ ਨਹੀਂ ਹੈ, ਉਹ ਸਕੂਲ ਦਾ ਜਿਹੜਾ ਪੂਰੀ ਉਹਨਾਂ ਦੀ ਐਸੋਸੀਏਸ਼ਨ ਹੈ, ਜਿਹੜਾ ਟਰੱਸਟ ਚਲਾ ਰਿਹਾ ਹੈਗਾ ਸਕੂਲ ਨੂੰ, ਉਹ ਜ਼ਿੰਮੇਵਾਰ ਹੈ। ਅਸੀਂ ਸਕੂਲ ਜਾ ਕੇ ਪ੍ਰਿੰਸੀਪਲ ਨਾਲ ਜਾ ਕੇ ਗੱਲ ਕੀਤੀ ਹੈ ਕਿ ਫੀਸਾਂ ਬਹੁਤ ਵਧੀਆਂ ਹੋਈਆਂ ਨੇ, ਬੱਚਿਆਂ ਨੂੰ ਗਰਮੀ ਲੱਗਦੀ ਹੈ ਗਰਮੀਆਂ ਦੇ ਸੀਜ਼ਨ ਦੇ ਵਿੱਚ, ਕਿ ਤੁਸੀਂ ਇਹਨਾਂ ਨੂੰ ਕੁਝ ਪ੍ਰੋਵੀਜ਼ਨ ਕਰਵਾਓ ਕਿ ਛੋਟੇ ਛੋਟੇ ਨਿੱਕੇ ਨਿਆਣੇ ਹੈ ਕਾਬੜ ਦੇ, ਉਹਨਾਂ ਨੂੰ ਗਰਮੀ ਲੱਗਦੀ ਹੈ। ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੀ, ਅਸੀਂ ਜੂਨ ਦੀ ਛੁੱਟੀਆਂ ਦੇ ਵਿੱਚ ਸਾਰੀ ਮੇਨਟੇਨੈਂਸ ਕਰਵਾ ਕੇ ਉਹਨਾਂ ਨੂੰ ਏਸੀ ਜਾਂ ਕੂਲਰ ਵਗੈਰਾ ਪ੍ਰੋਵਾਈਡ ਕਰਵਾਵਾਂਗੇ। ਜਦਕਿ ਇੱਦਾਂ ਦਾ ਕੁਝ ਵੀ ਨਹੀਂ ਹੋਇਆ, ਲਾਰੇ ਇਹਨਾਂ ਦੇ ਸਾਰੇ ਸਾਲ ਲੱਗਣੇ ਹੈਗੇ ਆ ਔਰ ਫੀਸਾਂ ਇਹਨਾਂ ਦੇ ਸਾਰੀ ਸਾਲ ਵਧਣੀ ਹੈਗੀ, ਕਰਵਾਉਣਾ ਇਹਨਾਂ ਨੇ ਕੁਛ ਨਹੀਂ ਹੈ। ਬਾਰ ਬਾਰ ਟਿਊਸ਼ਨ ਫੀਸ, ਇਹ ਸਾਰੇ ਚਾਰਜਿਸ ਮੰਗ ਮੰਗ ਕੇ ਇਹਨਾਂ ਨੇ ਪੇਰੈਂਟਸ ਨੂੰ ਉਲਟਾ ਹਿਊਮੀਲੇਟ ਕਰ ਕਰਕੇ ਪੇਰੈਂਟਸ ਨੂੰ ਬਹੁਤ ਹੀ ਤੰਗ ਕੀਤਾ ਹੋਇਆ ਔਰ ਬਹੁਤ ਸਾਰੇ ਸ਼ਾਇਦ ਮੇਰੇ ਵਰਗੇ ਜਾਂ ਕੁਛ ਹੋਰ ਪੇਰੈਂਟਸ ਜਿਨ੍ਹਾਂ ਦੀ ਨੌਕਰੀਆਂ ਵੀ ਇਸ ਲੋਕਡਾਊਨ ਦੇ ਵਿੱਚ ਚਲੇ ਗਈਆਂ ਹੈਗੀਆਂ, ਉਹ ਨਹੀਂ ਅਫੋਰਡ ਕਰ ਸਕਦੇ ਬਾਰ ਬਾਰ ਇਸ ਸਾਰੀਆਂ ਚੀਜ਼ਾਂ ਨੂੰ, ਫੀਸਿਸ ਨੂੰ। ਔਰ ਅਸੀਂ ਆਪਣੇ ਬੱਚਿਆਂ ਨੂੰ ਘਰ ਖੁਦ ਬੈਠ ਕੇ ਪੜ੍ਹਾ ਰਹੇ ਹਾਂ, ਸਾਨੂੰ ਕੋਈ ਪਿੱਛੇ ਸਾਡਾ ਜਿਹੜੇ ਸਾਡੇ ਚਾਰਜਿਸ ਹੈਗੇ ਆ ਉਹ ਕੌਣ ਦੇਗਾ, ਜਿਹੜੇ ਸਾਡੇ ਵਾਈਫਾਈ ਦੇ ਚਾਰਜਿਸ ਜਾ ਰਹੇ ਨੇ, ਜਿਹੜੇ ਸਾਡੀ ਇਲੈਕਟ੍ਰਿਸਿਟੀ ਦੇ ਚਾਰਜਿਸ ਜਾ ਰਹੇ ਨੇ, ਠੀਕ ਹੈ। ਬੁੱਕਸ ਇਹਨਾਂ ਨੇ ਬੁੱਕਸ ਪਿੱਛੇ ਵੀ 500-500 ਰੁਪਏ ਇਹਨਾਂ ਨੇ ਡੀਲਿੰਗ ਕੀਤੀ ਹੁੰਦੀ ਹੈ ਬੁੱਕ ਸਟੇਸ਼ਨਰੀ ਸ਼ੋਪਸ ਦੇ ਨਾਲ, ਸਭ ਨੂੰ ਪਤਾ ਅਖਬਾਰਾਂ 'ਚ ਰੋਜ਼ ਸ਼ਬਦ ਹੈਗਾ, ਇਹ ਸਭ ਧੰਦਾ। ਇਸ ਕਰਕੇ ਅਸੀਂ ਹੋਰ ਫੀਸਾਂ, ਅਸੀਂ ਸਾਰੇ ਪੇਰੈਂਟਸ ਨੇ ਇਹੀ ਬੋਲਿਆ, ਅਸੀਂ ਹੋਰ ਫੀਸਾਂ ਨਹੀਂ ਦੇ ਸਕਦੇ, ਅਸੀਂ ਬੱਚਿਆਂ ਨੂੰ ਆਪਣੇ ਆਪ ਘਰ ਪੜ੍ਹਾ ਲਾਂਗੇ। ਬਾਕੀ ਜਿਹੜੇ ਬੱਚੇ ਨਹੀਂ ਪੜ੍ਹ ਸਕਦੇ ਆ ਉਹ ਵੀ ਵਿਚਾਰੇ ਸਫ਼ਰ ਕਰ ਰਹੇ ਨੇ, ਟਿਊਸ਼ਨ ਜਾ ਰਹੇ ਨੇ, ਆਨਲਾਈਨ ਕਲਾਸਿਸ ਦਾ ਇੱਕ ਸਿਰਫ ਦਿਖਾਵਾ ਹੈ, ਹੋਰ ਕੁਛ ਨਹੀਂ। ਇਸ ਮੌਕੇ ਤੇ ਮਾਪਿਆਂ ਦੇ ਵੱਲੋਂ ਦੋਸ਼ ਲਗਾਏ ਗਏ ਕਿ ਉਹਨਾਂ ਨੇ ਸਕੂਲ ਦੀ ਪ੍ਰਿੰਸੀਪਲ ਨੂੰ ਕਈ ਵਾਰ ਫੋਨ ਕੀਤਾ ਹੈ ਤਾਂ ਜੋ ਉਸ ਦੇ ਨਾਲ ਸੰਪਰਕ ਸਾਧਿਆ ਜਾ ਸਕੇ, ਪਰ ਪ੍ਰਿੰਸੀਪਲ ਦੇ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਕੀ ਨਾਮ ਹੈ ਤੇ ਅੱਜ ਕਿਹੜੇ ਮੁੱਦੇ ਨੂੰ ਲੈ ਕੇ ਇਕੱਠੇ ਹੋਏ? ਮੇਰਾ ਨਾਮ ਅਮ੍ਰਿਤਪਾਲ ਸਿੰਘ ਹੈ ਜੀ। ਜਿਹੜੇ ਫੀਸਾਂ ਦੇ ਬਾਰ ਬਾਰ ਸਕੂਲਾਂ ਤੋਂ ਨੋਟਿਸ ਆ ਰਿਹਾ, ਫੀਸਾਂ ਵਧਾ ਵਧਾ ਕੇ, ਉਹਦੇ ਅਗੇਂਸਟ ਅਸੀਂ ਇਕੱਠੇ ਹੋਏ ਹਾਂ ਜੀ। ਸਾਡਾ ਇਸ ਟਾਈਮ ਮੁੱਦਾ ਹੈ ਜੀ, ਨੋ ਫੀਸ, ਨੋ ਸਕੂਲ, ਨੋ ਫੀਸ। ਅਸੀਂ ਇਸ 'ਤੇ ਹੀ ਅਸੀਂ ਅੜੇ ਰਹਿਣਾ ਜੀ, ਅਸੀਂ ਸੰਘਰਸ਼ ਕਰਾਂਗੇ।
ਇਹ ਤੋਂ ਬਾਅਦ ਸਾਡਾ ਕੋਈ ਹੋਰ ਅਸੀਂ ਸਮਝੌਤਾ ਨਹੀਂ ਕਰਨਾ ਚਾਹੁੰਦੇ ਗੱਲ ਦੇ ਨਾਲ ਸਾਡੇ ਬੱਚੇ ਤੁਹਾਡੇ ਕੋਲ ਮੇਰੇ ਦੋ ਬੱਚੇ ਆ ਜੀ ਕਿੱਦਾਂ ਦੇ ਖਰਚੇ ਵਧੇ ਆ ਆਨਲਾਈਨ ਕਰ ਬਾਅਦ ਆਨਲਾਈਨ ਨਾਲ ਜੀ ਮੋਬਾਈਲ ਦੇ ਖਰਚੇ ਵਧੇ ਕਿ ਡਾਟਾ ਦੇ ਖਰਚੇ ਵਧੇ ਕਿ ਬੱਚਿਆਂ ਦੀ ਆਈਸਾਈਟ ਵੀਕ ਹੋ ਰਹੀ ਹੈ ਜੀ ਅਫੈਕਟਡ ਤਾਂ ਅਸੀਂ ਹੋ ਰਹੇ ਹਾਂ ਜੀ ਇਹਨਾਂ ਕੋਲ ਤਾਂ ਰਿਜ਼ਰਵ ਫੰਡ ਪਏ ਆ ਉਹ ਯੂਜ਼ ਨਹੀਂ ਕਰ ਰਹੇ ਸਾਡੇ ਦੇ ਉੱਪਰ ਪ੍ਰੈਸ਼ਰ ਆਈ ਸਾਨੂੰ ਕਰ ਰਹੇ ਆ ਫੀਸਾਂ ਹੋਰ ਦੋ ਹੋਰ ਦੋ ਕਿੱਥੋਂ ਦੇ ਸਕੂਲ ਤਾਂ ਕਿੱਦਾਂ ਦਾ ਸੰਘਰਸ਼ ਹੋਊਗਾ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਦਿਨਾਂ ਅਸੀਂ ਪਹਿਲਾਂ ਅਸੀਂ ਡੀਸੀ ਨਾਲ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਜੀ ਕੁਝ ਦਿਨਾਂ ਵਿੱਚ ਉਸ ਤੋਂ ਬਾਅਦ ਦੇਖਦੇ ਸਾਨੂੰ ਕੀ ਰਿਸਪੋਂਸ ਦਿੰਦੇ ਆ ਉਹ ਚੇਅਰਪਰਸਨ ਹੈਗੇ ਜੀ ਇੱਥੇ ਸਕੂਲ ਦੇ ਸ਼ਿਵਾਲਿਕ ਸਕੂਲ ਦੇ ਅਤੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਸਾਨੂੰ ਕਿਸ ਤਰ੍ਹਾਂ ਦਾ ਰਿਸਪੋਂਸ ਦਿੰਦੇ ਆ ਫਿਰ ਅਸੀਂ ਉਹ ਅੱਗੇ ਫਿਰ ਅਸੀਂ ਆਪਣਾ ਸੰਘਰਸ਼ ਉਲੀਕਾਂਗੇ ਮੈਮ ਕੀ ਨਾਮ ਆ ਅਤੇ ਅੱਜ ਕਿਸ ਮੁੱਦੇ ਨੂੰ ਲੈ ਕੇ ਇੱਥੇ ਇਕੱਠੇ ਹੋਏ ਮੇਰਾ ਨਾਮ ਮਨੀਸ਼ਾ ਹੈ ਅਸੀਂ ਜਿਹੜੀਆਂ ਨਾਜਾਇਜ਼ ਫੀਸਾਂ ਮੰਗੀਆਂ ਜਾ ਰਹੀਆਂ ਸਕੂਲ ਵੱਲੋਂ ਉਸ ਮੁੱਦੇ 'ਤੇ ਇਕੱਠੇ ਹੋਏ ਆ ਇੱਥੇ ਕਿਹੜੇ ਕਿੰਨੇ ਬੱਚੇ ਆ ਕਿਹੜੇ ਸਕੂਲ ਵੱਲੋਂ ਫੀਸਾਂ ਮੰਗੀ ਜਾ ਰਹੀਆਂ ਕਿੰਨੇ ਬੱਚੇ ਤੁਹਾਡੇ ਇੱਕ ਬੇਟਾ ਹੈ ਮੇਰਾ ਕਿੱਦਾਂ ਦੀ ਦਿੱਕਤ ਆ ਰਹੀ ਹੈ ਆਨਲਾਈਨ ਕਲਾਸਾਂ ਨੂੰ ਲੈ ਕੇ ਆਨਲਾਈਨ ਕਲਾਸਿਸ ਨੂੰ ਲੈ ਕੇ ਇਹ ਦਿੱਕਤ ਆ ਰਹੀ ਹੈ ਕਿ ਸਰ ਇੰਨਾ ਛੋਟਾ ਬੱਚਾ ਨਹੀਂ ਸਮਝ ਪਾਉਂਦਾ ਹੈਗਾ ਆਨਲਾਈਨ ਉਹ ਅੱਖਾਂ ਖਰਾਬ ਹੋ ਰਹੀਆਂ ਮੋਬਾਈਲ 'ਤੇ ਬੱਚਾ ਲੱਗਾ ਰਹਿੰਦਾ ਸਾਰਾ ਦਿਨ ਬਾਕੀ ਇੱਕ ਬੰਦੇ ਦਾ ਘਰ ਦੇ ਵਿੱਚ ਅਵੇਲੇਬਲ ਰਹਿਣਾ ਜ਼ਰੂਰੀ ਹੈ ਲੈਪਟੋਪ ਜਾਂ ਮੋਬਾਈਲ ਇੱਕ ਅਵੇਲੇਬਲ ਰਹਿਣਾ ਜ਼ਰੂਰੀ ਹੈ ਜੋ ਕਿ ਕਈ ਪੇਰੈਂਟਸ ਵਾਸਤੇ ਪੋਸੀਬਲ ਨਹੀਂ ਹੈ ਜਿੱਥੇ ਉਹ ਵਰਕਿੰਗ ਹੁਣ ਆਫਿਸਿਸ ਵਗੈਰਾ ਸ਼ੁਰੂ ਹੋ ਗਏ ਹੋਏ ਆ ਬੱਚੇ ਕਲਾਸਿਸ ਨਹੀਂ ਲਗਾ ਪਾ ਰਹੇ ਹੁਣ ਮੇਨਟੇਨੈਂਸ ਚਾਰਜਿਸ ਇੰਸ਼ੋਰੈਂਸ ਕਲੇਮ ਡਿਵੈਲਪਮੈਂਟ ਚਾਰਜਿਸ ਅਦਰ ਦੈਨ ਟਿਊਸ਼ਨ ਫੀਸ 'ਚ ਟਿਊਸ਼ਨ ਫੀਸ ਨੂੰ ਚਲੋ ਆਪਾਂ ਕਹਿੰਦੇ ਕਿ ਅਗਰ ਉਹ ਆਨਲਾਈਨ ਚਾਹੇ ਫੋਰਮੈਲਿਟੀ ਦੇ ਨਾਮ 'ਤੇ ਹੀ ਹੈ ਆਨਲਾਈਨ ਕਲਾਸਿਸ ਬਟ ਜਦੋਂ ਸਕੂਲ ਲੱਗ ਹੀ ਨਹੀਂ ਰਹੇ ਹੈਗੇ ਤਾਂ ਫੀਸਾਂ ਦੇਣ ਦਾ ਕੋਈ ਮਤਲਬ ਨਹੀਂ ਹੈ ਭਾਵੇਂ ਹੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮਾਪਿਆਂ ਨੂੰ ਸਾਰੀਆਂ ਫੀਸਾਂ ਭਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਉਸ ਦੇ ਬਾਵਜੂਦ ਮਾਪਿਆਂ ਦੇ ਵੱਲੋਂ ਇਸ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਅਪੀਲ ਦਾ ਫੈਸਲਾ ਮਾਪਿਆਂ ਦੇ ਹੱਕ ਦੇ ਵਿੱਚ ਆਉਂਦਾ ਹੈ ਜਾਂ ਫਿਰ ਨਹੀਂ ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਰਾਏ।